ਤੇਜ਼ ਰਫ਼ਤਾਰ ਸਕਾਰਪੀਓ ਦਾ ਕਹਿਰ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ 140 ਦੀ ਸਪੀਡ ਤੇ ਆ ਰਹੀ ਇਹ ਸਕਾਰਪੀਓ ਦੋ ਗੱਡੀਆਂ 'ਚ ਜਾ ਟਕਰਾਈ, ਜਿਸ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਅਤੇ 4 ਵਿਅਕਤੀ ਜ਼ਖਮੀ ਹੋ ਗਏ ਨੇ ਅਤੇ ਇਹਨਾਂ 4 ਦੇ ਵਿੱਚੋਂ ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਸਿਰ ਤੇ ਸੱਟਾਂ ਆਈਆਂ ਨੇ। ਇਹ ਹਾਦਸਾ ਗਿੱਦੜਬਾਹਾ ਸਥਿਤ ਮਾਰਕਫੇਟ ਗੋਦਾਮ ਨੇੜੇ ਚੌਰਸਤੇ ਤੇ ਵਾਪਰਿਆ। ਪ੍ਰਤੱਖ ਦਰਸ਼ੀਆਂ ਦੇ ਅਨੁਸਾਰ ਇੱਕ ਤੇਜ਼ ਰਫ਼ਤਾਰ ਸਕਾਰਪੀਓ ਕਾਰ ਨੇ ਇੱਕ ਆਲਟੋ ਅਤੇ ਇੱਕ ਸਵਿਫਟ ਡਿਜ਼ਾਇਰ ਕਾਰ ਨੂੰ ਟੱਕਰ ਮਾਰੀ ਹੈ। ਇਸ ਦੌਰਾਨ ਸਵਿਫਟ ਅਤੇ ਆਲਟੋ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ। ਅਸੀਂ ਬਠਿੰਡੇ ਵੱਲੋਂ ਆਉਂਦੇ ਸੀਗੇ, ਫਰੀਦਕੋਟ ਤੋਂ ਬਾਬੇ ਦੇ ਆਉਂਦੇ ਸੀਗੇ। ਗਿੱਦੜ ਮੇਰੇ ਕੋਲ ਆ ਕੇ ਸਾਡੀ ਗੱਡੀ 'ਚ ਪਿਛਲੇ ਪਾਸੇ ਸਕੋਰਪੀਓ ਗੱਡੀ ਮਾਰੀ, ਦਾਰੂ ਪੀਤੀ ਸੀ ਜਾਂ ਰੱਬ ਜਾਣਦਾ, ਪਰ ਉਹਦੀ ਗੱਡੀ ਬਹੁਤ ਤੇਜ਼ ਸੀ। ਸਾਡੀ ਗੱਡੀ ਦੇ ਮਗਰ ਗੱਡੀ ਮਾਰੀ, ਸਾਡੀ ਗੱਡੀ ਦਾ ਮੂੰਹ ਘੁਮਾਤਾ, ਅੱਗਾ ਮੁੜ ਕੇ ਅਲਟੋ ਪਲਟਾ ਸੀ। ਕਿੰਨੇ ਜਣੇ ਸੀ ਕਾਰ 'ਚ ਤੁਸੀਂ? ਅਸੀਂ ਸੀਗੇ ਜੀ 4-5 ਜਣੇ ਸੀ। ਅਸੀਂ ਕਿੱਧਰ ਇੱਥੇ ਕੋਈ ਕੰਮ ਆਏ ਸੀਗੇ ਆਪਣੇ, ਅਤੇ ਅਸੀਂ ਮਤਲਬ ਆਰਾਮ ਨਾਲ ਆਪਦੀ ਸਪੀਡ 'ਤੇ ਆ ਰਹੇ ਸੀਗੇ, ਮੁੜ ਚੁੱਕੇ ਸੀਗੇ। ਪਿੱਛੋਂ ਗੱਡੀ ਇੱਕ ਸਾਡੇ ਗੱਡੀ ਪਿੱਛੇ ਸੀ, ਇੱਕ ਉਸ ਤੋਂ ਪਿੱਛੇ ਇੱਕ ਸਕਾਰਪੀਓ ਗੱਡੀ ਸੀਗੀ ਜੋ ਕਿ ਬਹੁਤ ਜ਼ਿਆਦਾ ਤੇਜ਼ ਸੀਗੀ। ਉਹ ਪਹਿਲਾਂ ਉਹਨੇ ਜਿਹੜੀ ਮੇਰੇ ਗੱਡੀ ਪਿੱਛੇ ਆ ਰਹੀ ਸੀਗੀ ਡਿਜ਼ਾਇਰ, ਉਹਨੂੰ ਹਿੱਟ ਕੀਤਾ, ਉਦੋਂ ਬਾਅਦ ਸਾਡੇ ਵਿੱਚ ਹਿੱਟ ਕਰਕੇ ਉਹ ਸਾਈਡ 'ਤੇ ਚਲੀ ਗਈ। ਉਹਨੇ ਉਸੇ ਨਾਲ ਹੀ ਸਾਡੀ ਜਿਹੜੀ ਗੱਡੀ ਆ ਉਹ ਪਲਟਾ ਖਾ ਲਈ ਸੀ। ਤੁਸੀਂ ਹੁਣ ਠੀਕ ਹੋ? ਹਾਂਜੀ ਮੈਂ ਠੀਕ ਹਾਂ, ਮੇਰੇ ਕੋਈ ਸੱਟ ਨਹੀਂ। ਇਹ ਨਾ ਜੀ ਸੁਬਹਾ ਮੇਰੇ ਕੋਲ ਕੋਲ ਆਈ ਇੱਕ ਵੀ ਇੱਕ ਆਪਣੇ ਮਾਰਕਫੇਟ ਤੋਂ ਅੱਗੇ ਜਿਹੜਾ ਚੁਰਸਤਾ ਬਣਦਾ ਉਸ ਨਾਲ ਤੋਂ ਰਾਜ ਵਾਲੇ ਨੂੰ ਰੋਡ ਜਾਂਦਾ, ਉੱਥੇ ਇੱਕ ਐਕਸੀਡੈਂਟ ਹੋਇਆ ਜੀ। ਅਤੇ ਉਹ 3 ਗੱਡੀਆਂ ਦਾ ਐਕਸੀਡੈਂਟ ਹੋਇਆ ਜੀ, ਇੱਕ ਸਕੋਰਪੀਓ ਸੀ ਜੀ ਅਤੇ ਇੱਕ ਡਿਜ਼ਾਇਰ ਸੀ। ਡਿਜ਼ਾਇਰ ਜਿਹੜੀ ਮਲੇਰਕੋਟਲੇ ਤੋਂ ਆ ਰਹੀ ਸੀ ਅਤੇ ਪਦਮਪੁਰ ਜਾਣਾ ਸੀ ਜੀ ਉਹਨਾਂ ਨੇ, ਅਤੇ ਉਹਨਾਂ ਦੇ ਵਿੱਚੋਂ ਇੱਕ ਅਲਟੋ ਦੇ ਵਿੱਚ ਗੱਡੀ ਵੱਜੀ ਹੈ ਸਕੋਰਪੀਓ ਜਿਹੜੀ ਹੈ। ਸਕੋਰਪੀਓ ਨੇ ਪਹਿਲਾਂ ਡਿਜ਼ਾਇਰ ਨੂੰ ਟੱਕਰ ਮਾਰੀ ਜੀ, ਉਸ ਤੋਂ ਬਾਅਦ ਉਹਨੇ ਅਲਟੋ ਨੂੰ ਟੱਕਰ ਮਾਰੀ। 3 ਗੱਡੀਆਂ ਦਾ ਐਕਸੀਡੈਂਟ ਹੋਇਆ ਜੀ। ਸਪੀਡ ਕਿੰਨੀ ਸੀ ਦੇਖਿਆ? ਸਪੀਡ ਜੀ ਜਿਹੜੇ ਸਕੋਰਪੀਓ ਵਾਲੇ ਦੱਸੇ ਜਾ ਰਹੇ, ਉਹਨਾਂ ਨੇ ਡਰਿੰਕ ਕਾਫੀ ਕੀਤੀ ਹੋਈ ਸੀ ਅਤੇ ਸਪੀਡ ਕਾਫੀ ਸੀ, 140 ਦੇ ਮੀਟਰ ਉਹਨਾਂ ਦਾ ਕਹਿੰਦੇ ਵੀ ਖੜ੍ਹਾ। ਅਤੇ ਇੱਕ ਔਰਤ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਬਾਕੀਆਂ ਨੂੰ ਰੈਫਰ ਕੀਤਾ ਗਿਆ ਜੀ ਬਠਿੰਡੇ ਏਮਸ। ਕਿੰਨੇ ਸਾਰੇ ਜ਼ਖਮੀ ਹੋਏ ਜੀ? ਟੋਟਲ 4 ਲੋਕ ਜ਼ਖਮੀ ਹੋਏ ਜੀ, ਅਤੇ ਇੱਕ ਦੀ ਡੈਥ ਹੋ ਗਈ ਹੈ, ਇੱਕ ਹੈੱਡ ਇੰਜਰੀ ਹੈ ਜੀ, ਉਹਨੂੰ ਏਮਸ ਰੈਫਰ ਕਰ ਦਿੱਤਾ ਗਿਆ ਜੀ, ਅਤੇ ਬਾਕੀ ਸਿਵਲ ਹੋਸਪਿਟਲ ਗਿੱਦੜਬਾਹੀ ਹੈ ਜੀ। ਤੇਜ਼ ਰਫ਼ਤਾਰ ਸਕਾਰਪੀਓ ਦਾ ਕਹਿਰ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ 140 ਦੀ ਸਪੀਡ ਤੇ ਆ ਰਹੀ ਇਹ ਸਕਾਰਪੀਓ ਦੋ ਗੱਡੀਆਂ 'ਚ ਜਾ ਟਕਰਾਈ, ਜਿਸ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਅਤੇ 4 ਵਿਅਕਤੀ ਜ਼ਖਮੀ ਹੋ ਗਏ ਨੇ ਅਤੇ ਇਹਨਾਂ 4 ਦੇ ਵਿੱਚੋਂ ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਸਿਰ ਤੇ ਸੱਟਾਂ ਆਈਆਂ ਨੇ। ਇਹ ਹਾਦਸਾ ਗਿੱਦੜਬਾਹਾ ਸਥਿਤ ਮਾਰਕਫੇਟ ਗੋਦਾਮ ਨੇੜੇ ਚੌਰਸਤੇ ਤੇ ਵਾਪਰਿਆ। ਪ੍ਰਤੱਖ ਦਰਸ਼ੀਆਂ ਦੇ ਅਨੁਸਾਰ ਇੱਕ ਤੇਜ਼ ਰਫ਼ਤਾਰ ਸਕਾਰਪੀਓ ਕਾਰ ਨੇ ਇੱਕ ਆਲਟੋ ਅਤੇ ਇੱਕ ਸਵਿਫਟ ਡਿਜ਼ਾਇਰ ਕਾਰ ਨੂੰ ਟੱਕਰ ਮਾਰੀ ਹੈ। ਇਸ ਦੌਰਾਨ ਸਵਿਫਟ ਅਤੇ ਆਲਟੋ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ। ਅਸੀਂ ਬਠਿੰਡੇ ਵੱਲੋਂ ਆਉਂਦੇ ਸੀਗੇ, ਫਰੀਦਕੋਟ ਤੋਂ ਬਾਬੇ ਦੇ ਆਉਂਦੇ ਸੀਗੇ। ਗਿੱਦੜ ਮੇਰੇ ਕੋਲ ਆ ਕੇ ਸਾਡੀ ਗੱਡੀ 'ਚ ਪਿਛਲੇ ਪਾਸੇ ਸਕਾਰਪੀਓ ਗੱਡੀ ਮਾਰੀ, ਦਾਰੂ ਪੀਤੀ ਸੀ ਜਾਂ ਰੱਬ ਜਾਣਦਾ, ਪਰ ਉਹਦੀ ਗੱਡੀ ਬਹੁਤ ਤੇਜ਼ ਸੀ। ਸਾਡੀ ਗੱਡੀ ਦੇ ਮਗਰ ਗੱਡੀ ਮਾਰੀ, ਸਾਡੀ ਗੱਡੀ ਦਾ ਮੂੰਹ ਘੁਮਾਤਾ, ਅੱਗਾ ਮੁੜ ਕੇ ਅਲਟੋ ਪਲਟਾ ਸੀ। ਕਿੰਨੇ ਜਣੇ ਸੀ ਕਾਰ 'ਚ ਤੁਸੀਂ? ਅਸੀਂ ਸੀਗੇ ਜੀ 4-5 ਜਣੇ ਸੀ। ਅਸੀਂ ਕਿੱਧਰ ਇੱਥੇ ਕੋਈ ਕੰਮ ਆਏ ਸੀਗੇ ਆਪਣੇ, ਅਤੇ ਅਸੀਂ ਮਤਲਬ ਆਰਾਮ ਨਾਲ ਆਪਦੀ ਸਪੀਡ 'ਤੇ ਆ ਰਹੇ ਸੀਗੇ, ਮੁੜ ਚੁੱਕੇ ਸੀਗੇ। ਪਿੱਛੋਂ ਗੱਡੀ ਇੱਕ ਸਾਡੇ ਗੱਡੀ ਪਿੱਛੇ ਸੀ, ਇੱਕ ਉਸ ਤੋਂ ਪਿੱਛੇ ਇੱਕ ਸਕਾਰਪੀਓ ਗੱਡੀ ਸੀਗੀ ਜੋ ਕਿ ਬਹੁਤ ਜ਼ਿਆਦਾ ਤੇਜ਼ ਸੀਗੀ।
ਉਹ ਪਹਿਲਾਂ ਉਹਨੇ ਜਿਹੜੀ ਮੇਰੇ ਗੱਡੀ ਪਿੱਛੇ ਆ ਰਹੀ ਸੀਗੀ ਡਿਜ਼ਾਇਰ ਉਹਨੂੰ ਹਿੱਟ ਕੀਤਾ, ਉਸ ਤੋਂ ਬਾਅਦ ਸਾਡੇ ਵਿੱਚ ਹਿੱਟ ਕਰਕੇ ਉਹ ਸਾਈਡ 'ਤੇ ਚਲੀ ਗਈ। ਉਹਨੇ ਉਸੇ ਨਾਲ ਹੀ ਸਾਡੀ ਜਿਹੜੀ ਗੱਡੀ ਆ ਉਹ ਪਲਟਾ ਖਾ ਗਈ ਸੀ। ਤੁਸੀਂ ਹੁਣ ਠੀਕ ਹੋ? ਹਾਂਜੀ ਮੈਂ ਠੀਕ ਹਾਂ, ਮੇਰੇ ਕੋਈ ਸੱਟ ਨਹੀਂ। ਇਹ ਨਾ ਜੀ ਸੁਬਾਹ ਮੇਰੇ ਕੋਲ ਕੋਲ ਆਈ ਇੱਕ ਵੀ ਇੱਕ ਆਪਣੇ ਮਾਰਕੀਟ ਤੋਂ ਅੱਗੇ ਜਿਹੜਾ ਚੁਰਸਤਾ ਬਣਦਾ ਉਸ ਨਾਲ ਤੋਂ ਰਾਜਾਲੇਨ ਰੋਡ ਜਾਂਦਾ, ਉੱਥੇ ਇੱਕ ਐਕਸੀਡੈਂਟ ਹੋਇਆ ਜੀ। ਅਤੇ ਉਹ ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਜੀ, ਇੱਕ ਸਕੋਰਪੀਓ ਸੀ ਜੀ ਅਤੇ ਇੱਕ ਡਿਜ਼ਾਇਰ ਸੀ। ਡਿਜ਼ਾਇਰ ਜਿਹੜੀ ਮਲੇਰਕੋਟਲੇ ਤੋਂ ਆ ਰਹੀ ਸੀ ਅਤੇ ਪਦਮਪੁਰ ਜਾਣਾ ਸੀ ਜੀ ਉਹਨਾਂ ਨੇ, ਅਤੇ ਉਹਨਾਂ ਦੇ ਵਿੱਚੋਂ ਇੱਕ ਅਲਟੋ ਦੇ ਵਿੱਚ ਗੱਡੀ ਵੱਜੀ ਹੈ ਸਕੋਰਪੀਓ ਜਿਹੜੀ ਹੈ। ਸਕੋਰਪੀਓ ਨੇ ਪਹਿਲਾਂ ਡਿਜ਼ਾਇਰ ਨੂੰ ਟੱਕਰ ਮਾਰੀ ਜੀ, ਉਸ ਤੋਂ ਬਾਅਦ ਉਹਨੇ ਅਲਟੋ ਨੂੰ ਟੱਕਰ ਮਾਰੀ। ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਜੀ। ਸਪੀਡ ਕਿੰਨੀ ਸੀ ਦੇਖਿਆ? ਸਪੀਡ ਜੀ ਜਿਹੜੇ ਸਕੋਰਪੀਓ ਵਾਲੇ ਦੱਸੇ ਜਾ ਰਹੇ ਉਹਨਾਂ ਨੇ ਡਰਿੰਕ ਕਾਫੀ ਕੀਤੀ ਹੋਈ ਸੀ ਅਤੇ ਸਪੀਡ ਕਾਫੀ ਸੀ, 140 ਦੇ ਮੀਟਰ ਉਹਨਾਂ ਦਾ ਕਹਿੰਦੇ ਵੀ ਖੜ੍ਹਾ। ਅਤੇ ਇੱਕ ਔਰਤ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਬਾਕੀਆਂ ਨੂੰ ਰੈਫਰ ਕੀਤਾ ਗਿਆ ਜੀ ਬਠਿੰਡੇ ਏਮਸ। ਕਿੰਨੇ ਸੋਨੇ ਜ਼ਖਮੀ ਹੋਏ? ਟੋਟਲ 4 ਲੋਕ ਜ਼ਖਮੀ ਹੋਏ ਜੀ ਅਤੇ ਇੱਕ ਦੀ ਡੈਥ ਹੋ ਗਈ ਹੈ, ਇੱਕ ਹੈਡ ਇੰਜਰੀ ਹੈ ਜੀ, ਉਹਨੂੰ ਏਮਸ ਰੈਫਰ ਕਰ ਦਿੱਤਾ ਗਿਆ ਜੀ ਅਤੇ ਬਾਕੀ ਸਿਵਲ ਹੋਸਪਿਟਲ ਗਿੱਦੜਬਾਹੀ ਹੈ ਜੀ।